ਸਾਡੇ ਸਰਕਾਰ ਨੇ ਪਰਚਾ ਪਾਤਾ, ਸਰਕਾਰ ਨੇ ਪਾਤਾ, ਇੱਥੇ ਪਤਾ ਨੀ ਕਿੰਨੇ ਕੁ ਪਰਚੇ ਪੰਜਾਬ ਲਈ ਹੋਏ ਨੇ ਯਾਰ, ਪਰਚੇ ਪਾ ਦੇਣੇ, ਪਰਚੇ ਪਹਿਣਗੇ ਪਾ ਲੈਣਗੇ, ਐਡੀ ਕੀ ਗੱਲ ਆ। ਚਲਾ ਚਲੋ ਨਿਕਲੋ, ਆ ਜਾਓ ਬਾਹਰ ਨਿਕਲੋ ਯਾਰ, ਅਸੀਂ ਤੁਹਾਡੇ ਕਿਤੇ ਪੈਂਟਾਂ ਨੀ ਖਰਾਬ ਹੁੰਦੇ, ਮੇਰੇ ਨਾਲ ਸ਼ਰਟਾਂ ਖਰਾਬ ਹੋਣ। ਨੌਜਵਾਨੋ, ਮੇਰੇ ਭਰਾਵੋ, ਸ਼ਾਂਤ ਦੇ ਵਿੱਚ ਰਹਿਣਾ, ਅਨੁਸ਼ਾਸਨ ਦੇ ਵਿੱਚ ਰਹਿਣਾ। ਅੱਜ ਪਤਾ ਲੱਗਣਾ ਵੀ ਕਿਵੇਂ ਜਿਹੜੇ ਡਟੇ ਖੜੇ ਨੌਜਵਾਨ ਨੇਗੇ, ਮੀਂਹਾਂ ਦੇ ਵਿੱਚ ਹੀ ਪਤਾ ਲੱਗਦਾ, ਹਨੇਰੀਆਂ ਦੇ ਵਿੱਚ ਹੀ ਪਤਾ ਲੱਗਦਾ। ਖੜਨਾ ਪੰਜਾਬ ਲਈ ਡਟ ਕੇ ਖੜੋ, ਲੜਨਾ ਪੰਜਾਬ ਲਈ ਡਟ ਕੇ ਲੜੋ। ਉਹਨਾਂ ਮੰਗੂ ਨਾ ਕਰੀਏ ਅਸੀਂ ਜਿਹੜਾ ਭੱਜਣ ਵਾਲਿਆਂ ਦੇ ਵਿੱਚੋਂ ਸ਼ਾਮਿਲ ਨਾ ਹੋਈਏ, ਅੜ ਕੇ ਖੜਨ ਵਾਲਿਆਂ ਦੇ ਵਿੱਚ ਸ਼ਾਮਿਲ ਹੋਈਏ ਵੀ ਖੜਿਆ ਪੰਜਾਬ ਨਹੀਂ ਆਜੂ ਯਾਰ। ਜਿੰਨਾ ਮਰਜ਼ੀ ਮੀਂਹ ਪੈ ਜੇ, ਜੋ ਮਰਜ਼ੀ ਹੋ ਜੇ, ਆਪਾਂ ਜੀ ਡਟ ਕੇ ਆਪਾਂ ਆਪਣੇ ਕਿਸਾਨ ਆਗੂ ਦਾ ਸਾਥ ਦੇਣਾ। ਸਰਕਾਰਾਂ ਨੂੰ ਪਤਾ ਲੱਗਣਾ ਕਿ ਜਿਹੜੇ ਸਾਡੇ ਪੰਜਾਬ ਦੇ ਸੋਧੇ ਦੇ ਸੂਰਬੀਰ ਨੌਜਵਾਨ ਨੇਗੇ, ਉਹ ਖੜੇ ਨੇ ਡਟ ਕੇ। ਬਹੁਤ ਸਾਰੇ ਕਲਾਕਾਰ ਭਰਾ ਪਹੁੰਚ ਰਹੇ ਨੇ, ਆਹ ਗੱਲ ਹੋਮਲੈਂਡ ਦੇ ਵਿੱਚ ਵੀ ਜਾਂਦੀ ਆ, ਉਦੋਂ ਕਲਾਕਾਰ ਨਿਕਲ ਕੇ ਆ ਗਏ ਸਾਡੇ ਪੰਜਾਬ ਦੀ ਗੱਲ ਕਰਨ ਵਾਲੇ ਕਲਾਕਾਰ, ਜਿਹਨਾਂ ਨੇ ਅੱਜ ਤੱਕ ਪੰਜਾਬ ਦੀ ਗੱਲ ਕੀਤੀ। ਪਹਿਲਾਂ ਉਦੋਂ ਮੀਂਹ ਤੋਂ ਡਰਦੀ, ਉਹਨਾਂ ਦੇ ਭਾਗ ਸਾਰੇ ਭੱਜ ਗਏ ਸੀਗੇ, ਮੀਂਹ ਤੋਂ ਡਰਦੀ ਭੱਜ ਗਈ। ਜਿੰਨਾ ਮਰਜ਼ੀ ਮੀਂਹ ਪੈ ਜੇ, ਜੋ ਮਰਜ਼ੀ ਹੋ ਜੇ, ਆਪਾਂ ਜੀ ਡਟ ਕੇ ਆਪਾਂ ਆਪਣੇ ਕਿਸਾਨ ਆਗੂ ਦਾ ਸਾਥ ਦੇਣਾ, ਆਪਾਂ ਆਪਣੇ ਮੋਰਚੇ ਦਾ ਡਟ ਕੇ ਸਾਥ ਦੇਣਾ। ਇਸ ਕਰਕੇ ਵੀਰ ਬਣ ਕੇ ਜਿੰਨਾ ਵੀ ਮੀਂਹ ਪੈਂਦਾ, ਜਿੰਨੀ ਵੀ ਕੋਈ ਹਨੇਰੀ ਆਉਂਦੀ ਆ, ਛੋਦੇ ਨੂੰ ਜਿਹੜੇ ਝੱਖੜ ਤਫਾਨ ਨੇ, ਉਹਨਾਂ ਨੂੰ ਕੋਈ ਨਹੀਂ ਡਰਦੇ ਹੁੰਦੇ। ਇਸ ਕਰਕੇ ਡਟ ਕੇ ਮੋਰਚੇ ਦੇ ਵਿੱਚ ਜਾਵਾਂਗੇ, ਆਪਣੇ ਆਗੂ ਦਾ ਸਾਥ ਦੇਵਾਂਗੇ। ਸਰਕਾਰਾਂ ਨੂੰ ਪਤਾ ਲੱਗਣਾ ਕਿ ਜਿਹੜੇ ਸਾਡੇ ਪੰਜਾਬ ਦੇ ਛੋਦੇ ਦੇ ਸੂਰਬੀਰ ਨੌਜਵਾਨ ਨੇਗੇ, ਉਹ ਖੜੇ ਨੇ ਡਟ ਕੇ। ਆਪਾਂ ਕਿਸੇ ਰਾਜਨੀਤਿਕ ਪਾਰਟੀ ਦੇ ਚਮਚੇ ਨਹੀਂ ਹੈਗੇ ਵੀ ਆਪਾਂ ਭੱਜਾਂਗੇ ਮੀਂਹ ਤੋਂ ਡਰਦੇ ਹੋਏ, ਆਪਾਂ ਆਪਣੇ ਲਈ ਆਇਆ। ਸਾਡੇ ਬਹੁਤ ਹੀ ਸਤਿਕਾਰਯੋਗ ਮੇਰੀ ਸਾਡੀ ਭੂਆ ਜਸਵਿੰਦਰ ਬਰਾੜ ਜੀ ਪਹੁੰਚ ਚੁੱਕੇ ਨੇਗੇ, ਤੇ ਬਲਕਾਰ ਰਖੀਲਾ ਬਾਈ ਪਹੁੰਚਣ ਵਾਲਾ, ਤੇ ਜਿੰਨੇ ਵੀ, ਮੈਂ ਭੂਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਭੂਆ ਜੀ ਬੈਠੇ ਰਹੋ, ਕੋਈ ਗੱਲ ਨੀ, ਕੋਈ ਨਾ ਕਰ ਲਓ। ਸਾਡੇ ਬਹੁਤ ਸਾਰੇ ਕਲਾਕਾਰ ਭਰਾ ਪਹੁੰਚ ਰਹੇ ਨੇ, ਆਹ ਗੱਲ ਹੋਮਲੈਂਡ ਦੇ ਵਿੱਚ ਵੀ ਜਾਂਦੀ ਆ, ਉਦੋਂ ਕਲਾਕਾਰ ਨਿਕਲ ਕੇ ਆ ਗਏ ਸਾਡੇ ਪੰਜਾਬ ਦੀ ਗੱਲ ਕਰਨ ਵਾਲੇ ਕਲਾਕਾਰ, ਜਿਹਨਾਂ ਨੇ ਅੱਜ ਤੱਕ ਪੰਜਾਬ ਦੀ ਗੱਲ ਕੀਤੀ, ਜਸਵਿੰਦਰ ਬਰਾੜ ਸਾਡੀ ਭੂਆ ਪਹੁੰਚ ਚੁੱਕੀ ਆ। ਇਸ ਕਰਕੇ ਕਲਾਕਾਰਾਂ ਨਿਕਲੋ, ਆ ਜਾਓ ਬਾਹਰ ਨਿਕਲੋ ਯਾਰ, ਅਸੀਂ ਤੁਹਾਡੇ ਕਿਤੇ ਪੈਂਟਾਂ ਨੀ ਖਰਾਬ ਹੁੰਦੇ, ਮੇਰੇ ਨਾਲ ਸ਼ਰਟਾਂ ਖਰਾਬ ਹੋਣ। ਨੌਜਵਾਨੋ, ਮੇਰੇ ਭਰਾਵੋ, ਸ਼ਾਂਤ ਦੇ ਵਿੱਚ ਰਹਿਣਾ, ਅਨੁਸ਼ਾਸਨ ਦੇ ਵਿੱਚ ਰਹਿਣਾ। ਅੱਜ ਪਤਾ ਲੱਗਣਾ ਵੀ ਕਿਵੇਂ ਜਿਹੜੇ ਡਟੇ ਖੜੇ ਨੌਜਵਾਨ ਨੇਗੇ, ਮੀਂਹਾਂ ਦੇ ਵਿੱਚ ਹੀ ਪਤਾ ਲੱਗਦਾ, ਹਨੇਰੀਆਂ ਦੇ ਵਿੱਚ ਹੀ ਪਤਾ ਲੱਗਦਾ। ਇਸ ਕਰਕੇ ਅੱਜ ਜਿਹੜਾ ਜਾਗਤ ਦੇ ਵਿੱਚ ਰਹਿ ਕੇ, ਅਨੁਸ਼ਾਸਨ ਦੇ ਵਿੱਚ ਰਹਿ ਕੇ ਸਰਕਾਰ ਨੂੰ ਢਾਉਣਾ, ਪਤਾ ਲੱਗਣਾ ਚਾਹੀਦਾ ਜਿਹੜੇ ਸਾਡੇ ਜਿਹੜੀ ਰਾਜਕਰਤਾ ਸ਼੍ਰੇਣੀ ਹੈ ਕਿ ਆਹ ਜਿਹੜੇ ਅਣਖੀ ਜਵਾਨ ਨੌਜਵਾਨ ਨੇਗੇ, ਸਾਡੇ ਯੋਧੇ ਸੂਰਬੀਰ ਪਹੁੰਚ ਚੁੱਕੇ ਨੇ। ਆ ਜਾਓ ਬਾਈ ਜੀ, ਬਾਈ ਜੀ ਇੱਧਰ ਲਾ ਲਓ ਸਾਰੀਆਂ ਗੱਡੀਆਂ, ਆਹ ਜਿਹੜੀਆਂ ਸਾਰੀਆਂ ਗੱਡੀਆਂ ਖੜੀਆਂ ਨੇਗੀਆਂ, ਆਹ ਸਾਰੀਆਂ ਆਪਣੀਆਂ ਜਿਹੜੀਆਂ ਗੱਡੀਆਂ ਖੜੀਆਂ ਜਿਹੜੀਆਂ, ਹੈਂ, ਇਹਨਾਂ ਨੂੰ ਸਾਰੀਆਂ ਨੂੰ ਇੱਧਰ ਪਾਸੇ ਲਾਓ ਯਾਰ। ਸਾਡੇ ਆਗੂ ਸਾਹਿਬਾਨ ਪਹੁੰਚ ਚੁੱਕੇ ਨੇ, ਆਹ ਮੁੰਡਾ ਟਾਇਗਰ ਹਵਾਰਾ ਇਹ ਗੀਤ ਗਾਉਂਦਾ ਪਹੁੰਚ ਚੁੱਕਿਆ। ਇਸ ਕਰਕੇ ਆ ਜਾਓ, ਇੱਕ ਤਾਂ ਗੀਸਰਾ ਹਵਾਰਾ ਆਲਾ ਫਰਕਰਾ ਗੀਸਰਾ, ਇੱਕ ਤਾਂ ਆਈ ਲਾਇਰ ਲੱਗੂ, ਮੀਂਹ ਮੂੰਹ ਪਈ ਜਾਂਦੇ ਜਿੰਨਾ ਮਰਜ਼ੀ, ਕੋਈ ਚੱਕਰ ਨੀ, ਮੀਂਹ ਦੇ ਵਿੱਚ ਹੀ ਪਛਾਣ ਹੋਣੀ ਹੈ। ਲਾ ਕੋਈ ਗੀਤ ਵਧੀਆ, ਲਾ ਕੋਈ ਅਣਖੀ ਗੀਤ ਲਾ, ਜਿਹੜੇ ਨਾ ਜਵਾਨੀ ਨੂੰ ਪਤਾ ਲੱਗੇ, ਕਿਸਾਨੀ ਦੇ ਲਾ ਗੀਤ, ਜੋਸ਼ ਵਾਲੇ ਗੀਤ ਗਾਉਂਦੇ। ਗੁਲਾਬ ਵੀ ਆ ਗਿਆ, ਗੁਲਾਬ ਸਿੱਧੂ ਵੀ ਸਾਡਾ ਯੋਧਾ ਪਹੁੰਚ ਚੁੱਕਿਆ। ਅੱਜ ਜਿਹੜੀ ਪਹਿਚਾਣ ਇਹ ਹੋਣੀ ਆ ਕਲਾਕਾਰਾਂ ਦੀ, ਧਿਆਨ ਨਾਲ ਗੱਲ ਸੁਣ ਲਿਓ, ਅੱਜ ਜਿਹੜੇ ਆਏ ਨੇ ਇੱਥੇ ਯੋਧੇ ਸੂਰਬੀਰ ਆਏ ਨੇਗੇ। ਹੁਣ ਕਲਾਕਾਰ ਕਹਿਣਗੇ ਸਾਡੇ ਸਰਕਾਰ ਨੇ ਪਰਚਾ ਪਾਤਾ, ਸਰਕਾਰ ਨੇ ਇਹ ਪਾਤਾ, ਇੱਥੇ ਪਤਾ ਨੀ ਕਿੰਨੇ ਕੁ ਪਰਚੇ ਪੰਜਾਬ ਲਈ ਹੋ ਗਏ ਯਾਰ, ਪਰਚੇ ਪਾ ਦੇਣੇ, ਪਰਚੇ ਪੈਣਗੇ ਪਾ ਜਾਣਗੇ, ਐਡੀ ਕੀ ਗੱਲ ਆ। ਕਿਹੜਾ ਤੁਹਾਡੇ 302 ਦਾ 307 ਦਾ ਪਰਚਾ ਪੈਣ ਲੱਗਿਆ,
ਖੜਨਾ ਪੰਜਾਬ ਲਈ ਡਟ ਕੇ ਖੜੋ, ਲੜਨਾ ਪੰਜਾਬ ਲਈ ਡਟ ਕੇ ਲੜੋ। ਉਹਨਾਂ ਮੰਗੂ ਨਾ ਕਰੀਏ ਅਸੀਂ ਜਿਹੜਾ ਭੱਜਣ ਵਾਲਿਆਂ ਦੇ ਵਿੱਚੋਂ ਸ਼ਾਮਿਲ ਨਾ ਹੋਈਏ, ਅੜ ਕੇ ਖੜਨ ਵਾਲਿਆਂ ਵਿੱਚ ਸ਼ਾਮਿਲ ਹੋਈਏ ਵੀ ਖੜਿਆ ਪੰਜਾਬ ਨਹੀਂ ਆਜੂ ਯਾਰ। ਅਸੀਂ ਡਟ ਕੇ ਜਿੰਨਾ ਮਰਜ਼ੀ ਮੀਂਹ ਪੈ ਜਾਵੇ ਬਸ ਜਾਣਾ ਉੱਥੇ ਆਪਣੇ ਦੱਸਣਾ ਸਰਕਾਰ ਨੂੰ ਧਿਆਨ ਕੀ ਸੂਰ ਨੇ ਖੜੇ ਨੇ ਕਿਧਰ ਨੇ ਆਪਣੀਆਂ ਪੈਂਟਾਂ ਸ਼ਰਟਾਂ ਖਰਾਬ ਹੁੰਦੀਆਂ। ਮੈਂ ਤਾਂ ਠੰਡਾ ਪਾਣੀ ਪਾਇਆ ਬਰਫਾਂ ਤੇ ਲਟਾਇਆ, ਮੈਂ ਉੱਥੇ ਨੀ ਦਵਾਂ। ਆਹ ਮੀਂਹ ਤੁਸੀਂ ਦਬਣ ਵਾਲੇ ਨੀ ਹੈਗੇ, ਸਰਕਾਰਾਂ ਵੀ ਦਬਣ ਵਾਲੇ ਨੀ ਹੈਗੇ, ਝੁਕਣ ਵਾਲੇ ਨੀ ਹੈਗੇ। ਛੁੱਟ ਤੋਂ ਵੱਧ ਕਿਤੇ ਦਸ ਗੁਣਾ ਛੱਤ ਤੋਂ ਆਇਆ ਹੋਊਗਾ। ਅੱਜ ਖੜੇ ਆ ਤੇ ਪੰਜਾਬ ਲਈ ਖੜੇ ਆ, ਆਪਣੀ ਕਿਸਾਨੀ ਲਈ ਖੜੇ ਆ। ਹੁਣ ਗੁਲਾਬ ਤੋਂ ਸੁਣਦਾ ਗੀਤ ਗੁਲਾਬ ਲਾਭ ਕਰਾਂ ਵੀਰ ਵੀਰ ਬਣ ਕੇ ਕੋਈ ਸਿੱਖੀ ਦਾ ਗੀਤ ਪੂਰਾ ਤੇ ਜਿਹੜਾ ਨੌਜਵਾਨਾਂ ਦੇ ਵਿੱਚ ਵੀ ਆਪਦੇ ਪੂਰੀ ਜੋਸ਼ ਆ ਜੇ ਕਰਨੇ ਹੱਕ ਲਈ ਲੜਨਾ ਸੱਚ ਲਈ ਖੜਨਾ ਬਹੁਤ ਔਖੀ ਗੱਲ ਹੈ। ਸੋ ਭਾਨੇ ਬਾਈ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਤੇ ਲਾਡੀ ਸ਼ਾਜਲੇ ਨੇ ਗਾਣਾ ਲਿਖਿਆ ਹੋਇਆ, ਲਾਡੀ ਸ਼ਾਜਲਾ ਸੁਣਾਉ ਮੇਰਾ ਭਰਾ। ਤੇ ਮੈਂ ਤਾਂ ਇਹੀ ਗੱਲ ਕਹਿ ਸਕਦਾ ਵੀ ਸਾਡੇ ਸਿੱਧੂ ਭਰਾ ਲਈ, ਸਿੱਧੂ ਮੂਸੇਵਾਲੇ ਲਈ ਜ਼ਰੂਰ ਤਾੜੀ ਮਾਰੇ। ਸਿੱਧੂ ਬਾਈ ਵੱਡਾ ਤਾਂ ਇਹ ਵੀ ਹੋਣਾ ਇੱਥੇ। ਭਾਨੇ ਬਾਈ ਬਹੁਤ ਮੁਬਾਰਕਬਾਦ ਆ ਤੇ ਸਾਡਾ ਭਰਾ ਟਾਈਗਰ ਹਲਵਾਰਾ ਛੋਟਾ ਭਰਾ ਤੇ ਬਾਈ ਬਲਕਾਰਨ ਫੂਲੇ ਬਾਈ ਹੁਣਾਂ ਨਾਲ ਵੀ ਗੱਲ ਹੋਈ ਹੈ, ਉਹ ਵੀ ਆ ਰਹੇ ਨੇ।